ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਅਜੇ ਹੀ ਛੋਟੇ ਉਦਯੋਗ ਸ਼ੁਰੂ ਕਰ ਰਹੀ ਹੈ ਜਿਨ੍ਹਾਂ ਦਾ ਸਬੰਧ ਖੇਤੀਬਾੜੀ ਦੇ ਨਾਲ ਹੈ ਜਾਂ ਇਉਂ ਆਖੋ ਕਿ ਜਿਨ੍ਹਾਂ ਦਾ ਆਧਾਰ ਖੇਤੀਬਾੜੀ ਤੇ ਹੈ ਡੰਡੀ ਇਸ ਸਬੰਧ ਵਿੱਚ ਇਹ ਗੱਲ ਖਾਸ ਤੌਰ ਤੇ ਵਰਣਨਯੋਗ ਹੈ ਕਿ ਪੰਜਾਬ ਦੇ ਹਿੰਮਤੀ ਅਤੇ ਉਤਸ਼ਾਹੀ ਲੋਕਾਂ ਨੇ ਛੋਟੇ ਉਦਯੋਗਾਂ ਦੇ ਖੇਤਰ ਵਿੱਚ ਬਹੁਤ ਉન્નਤੀ ਕੀਤੀ ਹੈ ਅਤੇ ਮਹਾਰਾਸ਼ਟਰ ਨੂੰ ਛੱਡ ਕੇ ਪੰਜਾਬ ਦੂਜੇ ਨੰਬਰ ਤੇ ਆਉਂਦਾ ਹੈ ਡੰਡੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਛੋਟੇ ਉਦਯੋਗਾਂ ਦੀ ਪ੍ਰਫੁੱਲਤਾ ਵਿੱਚ ਪੰਜਾਬ ਸਰਕਾਰ ਦਾ ਵੀ ਕਾਫੀ ਹੱਥ ਹੈ ਕਿਉਂਕਿ ਉਸ ਨੇ ਅਜਿਹੇ ਉਦਯੋਗ ਯੂਨਿਟਾਂ ਨੂੰ ਕਰਜ਼ੇ ਦੇ ਰੂਪ ਵਿੱਚ ਜਾਂ ਗ੍ਰਾਂਟਾਂ ਦੇ ਰੂਪ ਵਿੱਚ ਮਾਇਕ ਸਹਾਇਤਾ ਦਿੱਤੀ ਡੰਡੀ ਇਸ ਤੋਂ ਇਲਾਵਾ ਉਨ੍ਹਾਂ ਨੂੰ ਕੱਚੇ ਮਾਲ ਦੀ ਸਪਲਾਈ ਅਤੇ ਬਿਜਲੀ ਆਦ ਦੀਆਂ ਸਹੂਲਤਾਂ ਵੀ ਚੋਖੀ ਮਾਤਰਾ ਵਿੱਚ ਦਿੱਤੀਆਂ ਡੰਡੀ ਪਰ ਫਿਰ ਵੀ ਇਹ ਪੰਜਾਬੀਆਂ ਦੀ ਆਪਣੀ ਹਿੰਮਤ ਹੈ ਕਿ ਉਨ੍ਹਾਂ ਨੇ ਛੋਟੇ ਉਦਯੋਗ ਆਪਣੇ ਸਾਹਸ ਅਤੇ ਉੱਦਮ ਨਾਲ ਸ਼ੁਰੂ ਕੀਤੇ ਹਨ ਡੰਡੀ ਨੈਕਸਟ ਪੈਰਾ ਇਸ ਵੇਲੇ ਇਹ ਉਦਯੋਗ ਜਿਨ੍ਹਾਂ ਵਿੱਚ ਹੋਜ਼ਰੀ ਇੰਜੀਨੀਅਰਿੰਗ ਦਾ ਸਮਾਨ ਮਸ਼ੀਨ ਟੂਲ ਆਟੋ ਪਾਰਟਸ ਖੇਡਾਂ ਦਾ ਸਮਾਨ ਰਬੜ ਤੋਂ ਬਣਨ ਵਾਲੀਆਂ ਚੀਜ਼ਾਂ ਨਟ 볼ਟ ਆਦ ਬਣਾਉਣ ਵਾਲੇ ਉਦਯੋਗਿਕ ਯੂਨਿਟ ਚੋਖੀ ਮਾਤਰਾ ਵਿੱਚ ਸ਼ੁਰੂ ਕੀਤੇ ਗਏ ਡੰਡੀ ਹੁਣ ਇਸ ਖੇਤਰ ਵਿੱਚ ਅਜੇ ਹੀ ਸਟੇਜ ਆ ਗਈ ਹੈ ਜਦੋਂ ਇਨ੍ਹਾਂ ਛੋਟੇ ਯੂਨਿਟਾਂ ਦੇ ਹੋਰ ਵਿਕਾਸ ਜਾਂ ਨਵੇਂ ਯੂਨਿਟ ਲਗਾਉਣ ਦੀ ਸੰਭਾਵਨਾ ਬਹੁਤ ਘਟ ਗਈ ਹੈ ਕਿਉਂਕਿ ਇਨਾਂ ਚੀਜ਼ਾਂ ਦੀ ਹੋਰ ਮੰਗ ਮੰਡੀਆਂ ਵਿੱਚ ਨਹੀਂ ਰਹੀ ਡੰਡੀ ਇਸ ਤੋਂ ਇਲਾਵਾ ਹੋਰ ਪ੍ਰਾਂਤਾਂ ਨੇ ਵੀ ਅਜਿਹੇ ਯੂਨਿਟ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਡੰਡੀ ਇਸ ਲਈ ਸਾਡੀ ਸਮਾਲ ਸਕੇਲ ਇੰਡਸਟਰੀ ਵਿੱਚ ਵਿਕਾਸ ਦੀ ਹੋਰ ਕੋਈ ਗੁੰਜਾਇਸ਼ ਨਹੀਂ ਰਹੀ ਅਤੇ ਨਾ ਹੀ ਵਰਤਮਾਨ ਯੂਨਿਟਾਂ ਦੀ ਪੂਰੀ ਸਥਾਪਿਤ ਸ਼ਕਤੀ ਵਰਤੋਂ ਵਿੱਚ ਲਿਆਂਦੀ ਜਾ ਸਕਦੀ ਹੈ ਡੰਡੀ ਇਸ ਲਈ ਪੰਜਾਬ ਸਰਕਾਰ ਨੇ ਇਹ ਠੀਕ ਸੋਚਿਆ ਹੈ ਕਿ ਨਵੇਂ ਸਮਾਲ ਸਕیل ਯੂਨਿਟ ਅਜਿਹੇ ਹੋਣ ਚਾਹੀਦੇ ਹਨ ਜਿਨ੍ਹਾਂ ਵਿੱਚ ਖੇਤੀਬਾੜੀ ਵਿੱਚੋਂ ਪੈਦਾ ਹੋਣ ਵਾਲੇ ਕੱਚੇ ਮਾਲ ਦੀ ਵਰਤੋਂ ਕੀਤੀ ਜਾ ਸਕੇ ਡੰਡੀ ਮਿਸਾਲ ਵਜੋਂ ਖੰਡ ਦੇ ਕਾਰਖਾਨੇ ਧਾਨ ਕੱਟਣ ਵਾਲੀਆਂ ਮਸ਼ੀਨਾਂ ਕਾਗਜ਼ ਬਣਾਉਣ ਵਾਲੇ ਛੋਟੇ ਪਲਾਂਟ ਲੱਕੜੀ ਦਾ ਸਮਾਨ ਤਿਆਰ ਕਰਨ ਵਾਲੇ ਛੋਟੇ ਯੂਨਿਟ ਆਦ ਹੋਰ ਪਲਾਂਟ ਲਗਾਏ ਜਾਣਗੇ ਡੰਡੀ ਇਹ ਪਲਾਂਟ ਪੰਜਾਬ ਸਰਕਾਰ ਦੀ ਸੰਮਿਲਤ ਵਿਕਾਸ ਯੋਜਨਾ ਦੇ ਅਧੀਨ ਫੋਕਲ ਪੁਆਇੰਟਾਂ ਦੇ ਤੌਰ ਤੇ ਚੁਣੇ ਗਏ ਪਿੰਡਾਂ ਵਿੱਚ ਲਗਾਏ ਜਾਣਗੇ ਤਾਂ ਜੋ ਪਿੰਡੂ ਵਸੋਂ ਲਈ ਰੋਜ਼ਗਾਰ ਦੇ ਨਵੇਂ ਸਾਧਨ ਪੈਦਾ ਹੋਣ ਡੰਡੀ ਉਦਯੋਗਿਕ ਉન્નਤੀ ਦੇ ਖੇਤਰ ਵਿੱਚ ਨਵਾਂ ਚੁੱਕਾ ਅਤੇ ਨਵਾਂ ਮੋੜ ਕੱਟਣਾ ਬਹੁਤ ਜ਼ਰੂਰੀ ਸੀ ਡੰਡੀ ਇਸ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਕੰਮ ਸ਼ੁਰੂ ਕਰਨ ਵਾਲਿਆਂ ਨੂੰ 7 ਲੱਖ ਰੁਪਏ ਤੱਕ ਬਿਨਾਂ سود ਕਰਜ਼ਾ ਦੇਣ ਤੋਂ ਇਲਾਵਾ ਬਿਜਲੀ ਅਤੇ ਡਿਊਟੀ ਦੀ ਛੋਟ ਵੀ ਮਿਲੇਗੀ ਡੰਡੀ